ਆਹ 10 ਰੁਪਏ ਮੇਰੇ ਭਰਾ ਨੇ ਮੈਨੂੰ ਦਿੱਤੇ, ਮੈਂ ਹਮੇਸ਼ਾ ਹਮੇਸ਼ਾ ਸਾਂਭ ਕੇ ਰੱਖੂੰਗੀ, ਠੀਕ ਆ। ਅੱਜ ਤੋਂ ਕੁਝ ਕੁ ਦਿਨ ਪਹਿਲਾਂ ਦੀਪ ਸਰਦਾਰਨੀ ਦੇ ਬ੍ਰਦਰ ਦੀ ਡੈਥ ਹੋ ਗਈ ਸੀ, ਜਿਸ ਤੋਂ ਬਾਅਦ ਦੀਪ ਸਰਦਾਰਨੀ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਉੱਥੇ ਹੀ ਉਹ ਆਪਣੇ ਬ੍ਰਦਰ ਦੀ ਡੈਥ ਤੋਂ ਬਾਅਦ ਅਕਸਰ ਹੀ ਸੋਸ਼ਲ ਮੀਡੀਆ ਤੇ ਆਪਣੇ ਭਰਾ ਨਾਲ ਪੁਰਾਣੀਆਂ ਵੀਡੀਓਜ਼ ਸਾਂਝੀਆਂ ਕਰਦੀ ਹੋਈ ਦਿਖਾਈ ਦਿੰਦੀ ਹੈ ਅਤੇ ਉਸ ਨੂੰ ਯਾਦ ਕਰ ਕਰ ਰੋਂਦੀ ਰਹਿੰਦੀ ਹੈ। ਇੰਨਾ ਹੀ ਨਹੀਂ, ਅੱਜ ਤੋਂ ਕੁਝ ਦਿਨ ਪਹਿਲਾਂ ਦੀਪ ਸਰਦਾਰਨੀ ਨੇ ਯੂਟਿਊਬ ਤੇ ਇੱਕ ਵਲੌਗ ਵੀ ਸਾਂਝਾ ਕੀਤਾ ਸੀ, ਜਿਸ ਦੇ ਵਿੱਚ ਉਸਨੇ ਲੋਕਾਂ ਦੀਆਂ ਗੱਲਾਂ ਦਾ ਜਵਾਬ ਦਿੱਤਾ ਸੀ। ਕਈ ਲੋਕਾਂ ਦਾ ਕਹਿਣਾ ਸੀ ਕਿ ਦੀਪ ਸਰਦਾਰਨੀ ਆਪਣੇ ਭਰਾ ਦੀ ਮੌਤ ਤੋਂ ਤੁਰੰਤ ਬਾਅਦ ਵੀਡੀਓਜ਼ ਕਿਵੇਂ ਅਪਲੋਡ ਕਰ ਸਕਦੀ ਹੈ, ਤਾਂ ਇੱਥੇ ਦੀਪ ਸਰਦਾਰਨੀ ਨੇ ਦੱਸਿਆ ਕਿ ਇਹ ਉਸਦਾ ਕੰਮ ਹੈ ਤੇ ਉਸਨੂੰ ਇਹ ਕਰਨਾ ਹੀ ਪਵੇਗਾ। ਉਸਦਾ ਭਰਾ ਤਾਂ ਇਸ ਦੁਨੀਆ ਤੋਂ ਚਲਾ ਗਿਆ, ਲੇਕਿਨ ਉਸਨੇ ਆਪਣੀ ਮਾਂ ਨੂੰ ਵੀ ਚੰਗੀ ਜ਼ਿੰਦਗੀ ਦੇਣੀ ਹੈ। ਇੰਨਾ ਹੀ ਨਹੀਂ, ਤੁਹਾਨੂੰ ਦੱਸ ਦਈਏ ਦੀਪ ਸਰਦਾਰਨੀ ਦੇ ਫਾਦਰ ਦੀ ਡੈਥ ਵੀ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਹੋ ਚੁੱਕੀ ਸੀ ਅਤੇ ਘਰ ਨੂੰ ਤੋਰਨ ਵਾਲੀ ਇਕੱਲੀ ਦੀਪ ਸਰਦਾਰਨੀ ਹੈ। ਇਸੇ ਲਈ ਸਾਨੂੰ ਉਸਦੇ ਕੰਮ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਬਲਕਿ ਉਸਦੀ ਸਪੋਰਟ ਕਰਨੀ ਚਾਹੀਦੀ ਹੈ। ਇਹ ਤਾਂ ਅਸੀਂ ਸਭ ਹੀ ਜਾਣਦੇ ਹਾਂ, ਦੀਪ ਸਰਦਾਰਨੀ ਆਪਣੇ ਬ੍ਰਦਰ ਤੇ ਆਪਣੀ ਮਦਰ ਨੂੰ ਚੰਗੀ ਜ਼ਿੰਦਗੀ ਦੇਣਾ ਚਾਹੁੰਦੀ ਸੀ ਅਤੇ ਉਸਦੇ ਲਈ ਖੂਬ ਮਿਹਨਤ ਵੀ ਕਰ ਰਹੀ ਸੀ, ਪਰ ਪਰਮਾਤਮਾ ਨੇ ਉਸ ਨਾਲ ਚੰਗਾ ਨਹੀਂ ਕੀਤਾ ਅਤੇ ਉੱਥੇ ਹੀ ਲੋਕ ਵੀ ਉਸ ਨੂੰ ਮਾੜਾ ਚੰਗਾ ਬੋਲ ਰਹੇ ਨੇ, ਜੋ ਕਿ ਬਿਲਕੁਲ ਵੀ ਠੀਕ ਨਹੀਂ। ਬਾਕੀ ਤੁਹਾਡਾ ਦੀਪ ਸਰਦਾਰਨੀ ਬਾਰੇ ਕੀ ਕਹਿਣਾ ਹੈ, ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੇ।